ਨਿਊਜ਼ ਹਬ ਨੇ ਦੱਸਿਆ ਹੈ ਕਿ ਪਿਛਲੇ 5 ਸਾਲਾਂ ਵਿੱਚ ਪ੍ਰਵਾਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਵਿੱਚ 6 ਗੁਣਾ ਵਾਧਾ ਹੋਇਆ ਹੈ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਸਰਕਾਰ ਤੇ ਇਮੀਗ੍ਰੇਸ਼ਨ ਨਿਯਮ ਨੂੰ ਹਟਾਉਣ ਲਈ ਦਬਾਅ ਵਧਿਆ ਹੈ ਜੋ ਕਰਮਚਾਰੀਆਂ ਨੂੰ ਇੱਕ ਪਾਰਟਿਕੂਲਰ ਇੰਪਲੋਈ ਨਾਲ ਜੋੜਦਾ ਹੈ। ਇੱਕ ਪ੍ਰਵਾਸੀ ਵਰਕਰ ਨੇ ਦੱਸਿਆ ਹੈ ਕਿ ਉਸਦਾ ਇੱਕ ਸ਼ੈੱਫ ਬਣਨ ਦਾ ਸੁਪਨਾ ਟੁੱਟ ਗਿਆ ਹੈ। ਉਸਨੇ ਨਿਊਜ਼ ਹਬ ਨੂੰ ਦੱਸਿਆ ਕਿ ਉਹ ਉਸਦੇ ਨਾਲ ਗੁਲਾਮ ਵਰਗਾ ਵਿਵਹਾਰ ਕਰਦੇ ਸਨ ਤੇ ਮੈਂ ਇੱਕ ਗੁਲਾਮ ਨਹੀਂ ਹਾਂ। ਉਸਦੇ ਰੈਸਟੋਰੈਂਟ ਦੇ ਬੌਸ ਨੂੰ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਹੋਈ ਸੀ। ਉਹ ਨਰਕ ਸੀ ਤੇ ਉਹ ਨਰਕ ਦੇ ਵਿੱਚ ਫਸਿਆ ਹੋਇਆ ਸੀ। ਉਹ ਕਦੀ ਵੀ ਬਾਹਰ ਨਹੀਂ ਜਾ ਸਕਦਾ ਸੀ। ਇਮਾਰਤ ਦੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਉਹ ਰਹਿ ਰਿਹਾ ਸੀ। ਉਸਨੂੰ ਪ੍ਰਵਾਸੀ ਵਰਕ ਵੀਜ਼ਾ ਨਿਯਮਾਂ ਨੂੰ ਪੂਰਾ ਕਰਨ ਲਈ ਲੋੜੀਂਦੇ $30 ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਸੀ, ਪਰ ਨਾਲ ਹੀ ਉਸਨੂੰ ਕਿਹਾ ਜਾਂਦਾ ਸੀ ਕਿ ਉਸਦਾ ਬੌਸ ਉਸਦੇ ਨਾਲ ਏਟੀਐਮ ਦੇ ਵਿੱਚ ਜਾਵੇਗਾ ਅਤੇ ਉਸਨੂੰ ਉਸਦੀ ਜਾਤ ਤਨਖਾਹ ਵਾਪਸ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ। ਅਨੂ ਕਲੋਟਰੀ ਨੇ ਕਿਹਾ ਹੈ ਕਿ ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਸੀਂ ਕਿਸੇ ਸ਼ੋਸ਼ਿਤ ਵਰਕਰ ਦੀ ਗੱਲ ਨਹੀਂ ਸੁਣਦੇ ਹਾਂ। ਪ੍ਰਵਾਸੀ ਮਜ਼ਦੂਰ ਪ੍ਰਵਾਸੀ ਸ਼ੋਸ਼ਣ ਵਿੱਚ ਹੋਏ ਐਕਸਪਲੋਸ਼ਨ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ ਅਤੇ ਬਹੁਤ ਮਾੜਾ ਹੋ ਰਿਹਾ ਹੈ। 5 ਸਾਲ ਪਹਿਲਾਂ ਪ੍ਰਵਾਸੀਆਂ ਦੇ ਸ਼ੋਸ਼ਣ ਦੀਆਂ 150 ਸ਼ਿਕਾਇਤਾਂ ਆਈਆਂ ਸਨ। 2021 ਦੇ ਵਿੱਚ ਇੱਕ ਨਵਾਂ ਹੈਲਪਲਾਈਨ ਅਤੇ ਵੈੱਬ ਸ਼ਿਕਾਇਤ ਟੂਲ ਲਾਂਚ ਕੀਤਾ ਗਿਆ ਸੀ। ਉਸ ਸਾਲ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੱਧ ਕੇ 908 ਹੋ ਗਈਆਂ ਅਤੇ ਪਿਛਲੇ ਸਾਲ 905 ਸਨ। ਇਹ ਇੱਕ ਦਿਨ ਦੇ ਵਿੱਚ ਇੱਕ ਤੋਂ ਵੱਧ ਹਨ। ਪ੍ਰਧਾਨ ਮੰਤਰੀ ਕ੍ਰਿਸ ਸਿਪਕਿਨਸ ਨੇ ਕਿਹਾ, ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਕਦੀ ਵੀ ਠੀਕ ਨਹੀਂ ਰਿਹਾ। ਮੈਨੂੰ ਲੱਗਦਾ ਹੈ ਕਿ ਇਹ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿਖਾਈ ਦੇ ਰਿਹਾ ਹੈ। ਪਰ ਇਸ ਸਮੇਂ ਦੇ ਵਿੱਚ ਵੀ ਸਰਕਾਰ ਨੇ ਆਪਣਾ ਨਵਾਂ ਵਰਕ ਵੀਜ਼ਾ ਸ਼ੁਰੂ ਕਰ ਦਿੱਤਾ ਹੈ। ਕਾਰੋਬਾਰ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਲਈ ਮਾਨਤਾ ਪ੍ਰਾਪਤ ਹੋ ਸਕਦੇ ਹਨ, ਪਰ ਇੱਕ ਸ਼ਰਤ ਹੈ ਕਿ ਕਰਮਚਾਰੀਆਂ ਨੂੰ ਉਸਨੂੰ ਇੱਕ ਮਾਲਕ ਦੇ ਨਾਲ ਕੰਮ ਕਰਨਾ ਦੇਣਾ ਚਾਹੀਦਾ ਹੈ। ਕਲੌਟੀ ਨੇ ਕਿਹਾ ਹੈ ਕਿ ਪ੍ਰਤੀਤ ਹੁੰਦਾ ਹੈ ਕਿ ਇਸ ਨਵੇਂ ਵੀਜ਼ੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ੇ ਨੇ ਸਮੱਸਿਆ ਨੂੰ ਹੋਰ ਵਿਗਾੜ ਦਿੱਤਾ ਹੈ। ਬੁਨਿਆਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਪ੍ਰਵਾਸੀ ਕਾਮਿਆਂ ਨੂੰ ਇੱਕ ਇਕੱਲੇ ਮਾਲਕ ਦੇ ਨਾਲ ਜੋੜਦੇ ਹਾਂ। ਅਸੀਂ ਜਾਣਦੇ ਹਾਂ ਕਿ ਮੂਲ ਕਾਰਨ ਹੈ। ਸਰਕਾਰ ਨੂੰ ਪਹਿਲਾਂ ਹੀ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ, ਜਿਸ ਵਿੱਚ ਸਰਕਾਰੀ ਸਲਾਹਕਾਰ ਵੀ ਸ਼ਾਮਲ ਹਨ, ਕਿ ਪ੍ਰਵਾਸੀਆਂ ਨੂੰ ਇੱਕ ਮਾਲਕ ਨਾਲ ਬੰਨਣ ਨਾਲ ਸ਼ੋਸ਼ਣ ਦੇ ਵਿੱਚ ਵਾਧਾ ਹੁੰਦਾ ਹੈ। ਗ੍ਰੀਨਸ ਦੇ ਰਿਕਾਰਡੋ ਮੈਨੇਡਿਜ਼ ਮਾਰਚ ਨੇ ਕਿਹਾ ਹੈ ਕਿ ਸ਼ੋਸ਼ਣ ਨੂੰ ਰੋਕਣ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਹਿਪਕਿਨਸ ਨੇ ਕਿਹਾ ਕਿ ਇਹ ਵੀਜ਼ਾ ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਤੋਂ ਬਚਣ ਲਈ ਸ਼ੁਰੂ ਕੀਤਾ ਗਿਆ ਸੀ। ਜਦੋਂ ਅਸੀਂ ਇਸ ਨੂੰ ਲਾਂਚ ਕੀਤਾ ਸੀ ਤਾਂ ਅਸੀਂ ਨਾਲ ਹੀ ਕਿਹਾ ਸੀ ਕਿ ਅਸੀਂ ਇਸ ਦੇ ਨੇੜਿਓਂ ਨਜ਼ਰ ਰੱਖਾਂਗੇ ਅਤੇ ਇਸ ਨੂੰ ਸਮੀਖਿਆ ਅਧੀਨ ਵੀ ਰੱਖਾਂਗੇ, ਜਿਹੜਾ ਅਸੀਂ ਜ਼ਰੂਰ ਕਰਾਂਗੇ। ਇਸ ਸਾਰੇ ਘਟਨਾਕ੍ਰਮ 'ਤੇ ਅਮੈਲੀਆ ਵੇਡ ਨੇ ਐਨਾਲਾਈਜ਼ ਕੀਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਐਕਸਪਲੋਸ਼ਨ ਇਸ ਲਈ ਹੋਇਆ ਹੈ ਕਿਉਂਕਿ ਉਸਨੇ ਸ਼ਿਕਾਇਤ ਕਰਨਾ ਆਸਾਨ ਕਰ ਦਿੱਤਾ ਹੈ। ਉਹਨਾਂ ਦਾ ਨਵਾਂ ਵਰਕ ਵੀਜ਼ਾ ਸ਼ੋਸ਼ਣ ਰੋਕਣ ਦਾ ਵਾਅਦਾ ਕੀਤਾ ਸੀ, ਪਰ ਹੋਇਆ ਇਸ ਦੇ ਉਲਟ ਹੀ। ਇਸ ਦਾ ਮਤਲਬ ਇਹ ਹੈ ਕਿ ਲੇਬਰ ਮਜ਼ਦੂਰਾਂ ਦੀ ਪਾਰਟੀ ਨੇ ਪ੍ਰਵਾਸੀ ਸ਼ੋਸ਼ਣ ਦਾ ਵਿਸਫੋਟ ਕਰਵਾਇਆ ਹੈ। ਬਿਊਰੋ ਰਿਪੋਰਟ, ਐਨਜਟ, ਪੰਜਾਬੀ ਨਿਊਜ਼।